ਮੱਥਾ ਉਹ ਮੱਥਾ
मैं भी मलूमपुरिया कोई रानी लिया ओवर समाप्त है ताड़ी ला लो मेरे मेन ओवरा जोर दोर 16 रन 2 विकेट है मेन ओवर आ गए अपने बालर का नाम दसी मेरे की नाम है अमरजीत अमरजीत ने बाला पाउनिया ने उधर साडा यार नंबरदार दलेरा दा अपडेट हो जांदी है ओ भी संदे दे रहे हैं वी टूरी आ अपडेट हुंदी है जेड़ी बड्डा मेरे नहीं हुंदी जेड़ी अपडेट दे कप ते टारगेट नहीं भाई पहला बैटिंग है मैं दूसरा मामूदला जी पहला प्राइज 41000 रुपया होगा नोट करियो सारीयां टीमां लोके दे खेड ग्राउंड दे विच अपडेट नहीं जिगरे लाइव ही अगला अमरजीत बाल पा रहे हैं ते सामने देखांगे दुनिया दा महान खिलाड़ी दुनिया मत्था जुड़ी दुगरी वाला ते दुनिया बंदेदार ले भी झोड़ा मारे दुनिया अत्तवादी कहदी आ बंदे नु लो सामने देखांगे कदे खेड ग्राउंड दे विच पर कदा खर्च होए नौजवाना करदा होया कोशिश पर रन कहते सिंगल कहते खेल ग्राउंड तंदरुस्ती दा मेला मेला नहीं बीमारां दा अज मेली बन के मेला अज वाके बड़ा मेला है माड़ी खेड़े दे विच जिले मुक्तसर साहब दी पवित्र धरती है सबने मत्था जुड़ी ओ टुकड़ी वाला बंदे मार बल्ले 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 आयो मेरे हरियाणा एक ताड़ी मार दे जोधपुर की टीम ने बड़े कमाल करके बल्ले बल्ले करा रहे कहते खेड ग्राउंड दे विच हुण मैनू लगता है अमरजीत ਯੋਰਪੁਰ ਦੀ ਧਰਤੀ ਦਾ ਤੇ ਸਾਹਮਣੇ ਲਾਲ ਟੀ ਸ਼ਰਟ ਦੇ ਵਿੱਚ ਹੈ ਸਰਾਵਾ ਵਾਲਿਆ ਉਹ ਛੱਕੇ ਬਾਲ ਨੇ ਬੈਣੇ ਹੈ ਪਰ ਨਹੀਂ ਕੰਮ ਔਖਾ ਹੁਣ ਉਧਰਲੇ ਪਾਸੇ ਕਿੰਨੇ ਹੋਇਆ ਸ਼ਾਟ ਗੁਰਜਿੰਦਰ ਆ ਗਿਆ ਪ੍ਰਧਾਨ ਸਰਾਵਾ ਦੀ ਧਰਤੀ ਦਾ ਜਿਹੜਾ ਪਿੰਡ ਕਹਿੰਦੇ ਬਿੱਕੀ ਗੌਂਡਰ ਦਾ ਪਿੰਡ ਹੈ ਜਿਹੜੀ ਧਰਤੀ ਤੋਂ ਕਹਿੰਦੇ ਮੇਰੇ ਪੰਜਾਬੀ ਵੀਰੋ ਗਗਨ ਨੇ ਕਹਿੰਦੇ ਬਰੂਤੀ ਗੱਡੀ ਜਿੱਤ ਕੇ ਬੱਲੇ ਬੱਲੇ ਕਰਾਈ ਲਓ ਗੁਰਜਿੰਦਰ ਆ ਸਟ੍ਰਾਈਕ ਤੇ ਅਮਰਜੀਤ ਦੀ ਬਾਲ ਪੈਣ ਲੱਗੀ ਹੈ ਲਓ ਵੇਖੋ ਖੇਡਿਆ ਹੋਇਆ ਸ਼ਾਟ ਤੇ ਰਨ ਚਾਰ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਰਨ ਜਿਹੜੇ ਚਾਰ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਬੱਲੇ ਬੱਲੇ ਜਿਹੜੀ ਹੋ ਗਈ ਹੈ ਲੈ ਵੀ ਮਲੂਕਪੁਰੀਆ ਮੋਪਲ हां इशारा जरूर कर रहा करी ओवर समाप्त है तीन ओवर खुबन दा कोले आ नहीं 23 रन ने तीन ओवर 23 रन आ भाई मोनू ते अगली टीम ਦਾ ਆਪਾਂ ਟਾਸ ਕਰਾ ਦਈਏ ਦੂਜਾ ਗਵਾਈਡਰ ਕਿਹਦਾ ਖੇਡਿਆ ਜਾਣਾ ਹੈ ਕੀ ਇੱਕ ਚੀਜ਼ ਨੇ ਅਗਲਾ ਮੈਚ ਆ ਭਾਈ ਖੁੱਬਣ ਦਾ ਦੂਜਾ ਗਵਾਈਡਰ ਬੜੀ ਬੇਨਤੀ ਹੈ ਖਾਲਸਾ ਜੀ ਘਟ ਗਏ 4 ਸੀ ਰਹਿ ਗਏ मलूकपुर रामपुरे का मैच भाई अगला ठीक है ਲਬਾਰ ਕਹਿੰਦੇ ਫੇਰ ਮੁੰਡਾ ਪਰ ਬਾਲ ਬਾਈਡ ਹੈ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਮਾਲਾ
ਰਾਮਪੁਰਾ ਤੇ ਮਲੂਕਪੁਰ ਇਹ ਟੀਮਾਂ ਟੌਸ ਕਰਨਗੇ ਦੂਜਾ ਕੁਆਟਰ। ਇੱਕ ਵਾਰੀ ਫੇਰ ਤੋਂ ਬਾਲ ਵਾਈਡ ਹੈਵੀ ਅਮਰਜੀਤ ਮੁੰਡੇ ਦਾ ਨਾਂ ਦੱਸੀ ਬਾਲਰ ਦਾ ਕੀ ਨਾਂ ਹੈ ਮਾਸਟਰ ਅਮਨ ਬਾਲਾ ਪਾ ਰਿਹਾ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਇੱਕ ਵਾਰੀ ਫੇਰ ਤੋਂ ਵਾਈਡ ਬਾਲ ਜੇ 40-45 ਬਣ ਕੇ ਕੰਮ ਕਸੂਤਾ ਹੋ ਜਾਣਾ ਅਮਰਜੀਤ ਜੇ 40-45 ਰਨ ਬਣ ਗਏ ਪਰ ਸਾਹਮਣੇ ਵੇਖੋ ਬਾਲ ਫੇਰ ਰਾਮਪੁਰ ਮੰਡੀ ਸੀ ਰਾਮਪੁਰਾ ਮੰਡੀ ਆਈ ਨੀ ਲਾਸਟ ਦੇ ਜੇ 50-55 ਰਨ ਬਣ ਗਏ ਲੈ ਵੀ ਜੋਧਪੁਰ ਵਾਲੇ ਕੰਮ ਕਸੂਤਾ ਹੋ ਜਾਣਾ ਚੌਥਾ ਹੋਰ ਆ ਬਾਈ ਆ ਠੀਕ ਹੈ ਠੀਕ ਹੈ ਬਾਈ ਲੈ ਬਾਲ ਕਹਿੰਦੇ ਫੇਰ ਮੁੰਡਾ ਪਾਉ ਦੇ ਲਈ ਮਾਸਟਰ ਮੇਰੇ ਪੰਜਾਬੀ ਵੀਡੀਓ ਅਮਨ ਦੀ ਬਾਲ ਪੈਣ ਲੱਗੀ ਹੈ ਤੇ ਸਰਾਵਾ ਵਾਲਾ ਕਹਿੰਦਾ ਆਹ ਬਾਲ ਤੇ ਫੇਰ ਛੱਡਾ ਮਾਰਨਾ ਪਰ ਮੈਨੂੰ ਐਂ ਕਿਉਂ ਲੱਗਦਾ ਇਹਨੇ 25 ਤੋਂ ਘੱਟ ਖੇਡਾ ਨਹੀਂ ਛਡਾਉਣਾ ਆਪਣੇ ਨੇ ਕਹਿੰਦੇ 25 ਤੋਂ ਘੱਟ ਕਹਿੰਦੇ ਖੇਡਾ ਨਹੀਂ ਛਡਾਉਣਾ ਲਗਾਤਾਰ ਐਕਸਟਰਾ ਰਨ ਪਰ ਸਾਹਮਣੇ ਵੇਖੋ ਸਿਰੇ ਦੀ ਬਾਲ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਇੱਕ ਤਗੜੀ ਬਾਲ ਮਾਲਾ ਰਾਮਪੁਰਾ ਜਿਹੜੀ ਟੀਮ ਆ ਗਈ ਹੈ ਮਲੂਕਪੁਰੇ ਦੀ ਟੀਮ ਆਵੇ ਮੇਰੀ ਬੇਨਤੀ ਹੈ ਮਲੂਕਪੁਰਾ ਬਈ ਮਾਲਾ ਰਾਮਪੁਰ ਬਿਜਲੀ ਦੇ ਪਵਨ ਹਰੀਪੁਰਾ ਦੋਨੋਂ ਟੀਮਾਂ ਟਾਸ ਦੇ ਲਈ ਆਉਣਗੀਆਂ ਲਓ ਬਾਲ ਕਹਿੰਦੇ ਫੇਰ ਆਪਣੇ ਦੀ ਤੇ ਸਾਹਮਣੇ ਲਾਲ ਟੀ ਸ਼ਰਟ ਖਤਰੇ ਦੀ ਨਿਸ਼ਾਨੀ ਇਧਰਲੇ ਬੰਨੇ ਅਮਰਜੀਤ ਸੋਹਣੀ ਫੀਲਡਿੰਗ ਕਰ ਗਿਆ ਤੇ ਰਣ ਕਹਿੰਦੇ ਸਿੰਗਲ ਆ ਗਿਆ ਕਹਿੰਦੇ ਗੁਰਜਿੰਦਰ ਪ੍ਰਧਾਨ ਸਰਾਵਾਂ ਦੀ ਧਰਤੀ ਦਾ ਮੇਰੇ ਪੰਜਾਬੀ ਵੀਰੇ ਲਓ ਬਾਲ ਕਹਿੰਦੇ ਫੇਰ ਪੈਣ ਲੱਗੀ ਹੈ ਅਮਨ ਦੀ ਲਓ ਤਗੜੀ ਬਾਲ ਤੇ ਓਵਰ ਸਮਾਪਤ ਹੈ 38 ਰਨ ਹੈ ਬਾਈ 4 ਓਵਰ 38 ਲਾਸਟ ਓਵਰ ਦੀ ਖੇਡ ਖੇਡੀ ਜਾ ਰਹੀ ਹੈ ਬਾਈ ਮਾਨ ਹੈ ਨਹੀਂ ਗਾ ਕਿਸੇ ਤੇ ਬਾਲ ਪਾਉਣ ਦੇ ਲਈ ਆਓ ਆ ਗਿਆ ਧਰਮਕੋਟੀਆ ਤੰਨੂ ਫਗਵਾੜੇ ਵਾਲਾ ਜਾਂ ਫਿਰ ਮੁੰਡਾ ਹੋਰ ਬਾਲ ਪਾਊਗਾ ਇਹ ਗੱਲ ਸਮੇਂ ਦੀ ਹੋਵੇਗੀ ਹਾਂ ਹਾਂ ਬਾਈ ਸਾਰੇ ਸਟਾਰ ਆ ਬਾਈ 38 ਰਨ ਵੀਰੇ 38 ਰਨ ਜਿਹੜੇ 4 ਓਵਰ ਨੇ ਹਾਂ 2-40 ਮਲੂਕਪੁਰ ਦੀ ਟੀਮ ਨੇ ਟਾਸ ਜਿੱਤਿਆ ਤੇ ਡਿਸੀਜਨ ਦੱਸੂਗੀ ਮਲੂਕਪੁਰ ਦੀ ਟੀਮ ਖੁੱਬਣ ਦਾ ਮੈਚ ਬਈ ਕੋਲਿਆਂ ਵਾਲੀ ਵਾਲਾ ਬਈ ਲਓ ਨਿਤਨ ਨੇ ਕਹਿੰਦੇ ਬਾਲ ਪਾਉਣੀ ਹੈ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਸਾਹਮਣੇ ਸਰਾਵਾਂ ਵਾਲਾ ਉਹੀ ਖਿਡਾਰੀ ਹੈ ਜਿਹੜਾ ਬਾਟ ਹੋਣ ਆਇਆ ਸੀ ਨੌਜਵਾਨ ਲੈ ਵੀ ਨੌਜਵਾਨਾਂ ਘੱਟੋ ਘੱਟ 3 ਛੱਕੇ ਚਾਹੀਦੇ ਨੇ ਲਓ ਬਾਲ ਪਾਉਣ ਦੇ ਲਈ ਨਿਤਨ ਤੇ ਸਾਹਮਣੇ ਸਰਾਵਾਂ ਵਾਲਾ ਲਓ ਕਰਦਾ ਹੋਇਆ 2 ਹੋਣਗੇ ਜਾਂ ਸਿੰਗਲ ਪਰ ਇੱਕੋ ਹੀ ਰਹਿਣਾ ਗੁਰਜਿੰਦਰ ਆ ਗਿਆ ਕਹਿੰਦੇ ਸਟ੍ਰਾਈਕ ਦੀ ਬਾਲ ਪਾਉਣ ਦੇ ਲਈ ਨਿਤਨ ਫੇਰ ਤਿਆਰ ਹੈ ਅੱਜ ਵੱਡਾ ਮੇਲਾ ਹੈ ਅੱਜ ਵਾਕੇ ਕਹਿੰਦੇ ਸਿਰੇ ਦਾ ਚੋਟੀ ਦਾ ਕਹਿੰਦੇ ਪਹਿਲਾ ਜਿਹੜਾ ਕੁਆਟਰ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਸਰਾਵਾਂ ਗੋਦਰਾ ਦੀ ਟੀਮ ਹੈ ਤੇ ਦੂਜੇ ਬੰਨੇ ਜੋਧਪੁਰ ਦੀ ਟੀਮ ਹੈ ਲਓ ਬਾਲ ਕਹਿੰਦੇ ਫੇਰ ਨਿਤਨ ਦੀ ਤੇ ਸਾਹਮਣੇ ਵੇਖ ਰਹੇ ਹਾਂ ਲਓ ਕਰਦਾ ਹੋਇਆ ਗੁਰਜਿੰਦਰ ਪ੍ਰਧਾਨ ਹੈਲੀਕਾਪਟਰ ਦੀ ਟਰਾਈ ਤੇ ਰਨ ਬਾਲ ਜਿਹੜੀ ਡਾਊਟ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਨਰਿੰਦਰ ਨਿੰਦਰ ਫੇਰ ਕਹਿੰਦੇ ਬਾਲ ਪਾਉਣ ਦੇ ਲਈ ਵੱਧ ਰਿਹਾ ਹੈ ਵੀ ਗੁਰਜਿੰਦਰ ਬਾਲਾ 4 ਰਹਿ ਗਿਆ ਨੌਜਵਾਨਾਂ ਤੇ ਛੱਕੇ ਉਹ ਮਾਰਨੇ ਪੈਣੇ ਖੇਡਿਆ ਹੋਇਆ ਸ਼ਾਰਟ ਰਨ 4-40 ਮਾਰ ਦਿਓ ਇਹ ਗੁਰਜਿੰਦਰ ਤੁਹਾਡੇ ਸਾਹਮਣੇ ਰਨ ਕਹਿੰਦੇ 4 ਖੇਡ ਗਰਾਊਂਡ ਦੇ ਵਿੱਚ ਜੁੜ ਗਿਆ ਜੇ 50 ਬਣ ਗਏ ਤੇ ਫਿਰ ਕੰਮ ਔਖਾ ਹੋਣਾ ਗੱਲ ਪੱਕੀ ਹੈ ਜੇ 50 ਬਣ ਗਏ ਕਹਿ ਦਿੰਦਾ ਬਈ ਕਰਨ ਲਓ ਨਿੰਦਰ ਦੀ ਬਾਤ ਤੇ ਸਾਹਮਣੇ ਗੁਰਜਿੰਦਰ ਸਰਾਵਾਂ ਵਾਲਾ ਉਹ ਬੱਲੇ ਬੱਲੇ ਰਨ 6 ਜਾਂ 4 ਪਰ
ਰਣਗੇ ਦੇ ਚਾਰ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਉਧਰ ਧੁੱਕੇ ਵਾਲਾ ਬਲੈਕ ਕੋਬਰਾ ਬਲੈਕ ਬਾਬਾ ਵੀ ਪੁੱਜਿਆ ਹੈ ਐਨਕਾਂ ਦੇ ਗੱਲ ਟਿਕਾਣੇ ਲੱਗੂਗੀ ਲਓ ਸਾਹਮਣੇ ਫੇਰ ਬਾਲ ਪਾਉਣ ਦੇ ਲਈ ਲਓ ਖੇਡਿਆ ਹੋਇਆ ਸ਼ਾਟ ਇੱਕ ਹੋਰ ਚੌਕਾ ਬਈ ਤਾੜੀ ਲਾ ਦਿਓ ਗੁਰਜਿੰਦਰ ਪ੍ਰਧਾਨ ਦੇ ਨਾਂ ਤੇ ਵਾਕੇ ਕਮਾਲ ਕਰ ਦਿੱਤੀ ਹੈ ਤਿੰਨ ਚੌਕੇ ਲਗਾਤਾਰ ਕਹਿੰਦੇ ਗੁਰਜਿੰਦਰ ਪ੍ਰਧਾਨ ਸਰਾਵਾਂ ਵਾਲੇ ਨੇ ਲਾ ਦਿੱਤੇ ਹੈ ਹੁਣ ਮੈਚ ਫਸ ਸਕਦਾ ਹੈ ਜਿਵੇਂ ਸੈਣੇ ਕਹਿੰਦੇ ਨੇ ਨਾ ਵੀ ਜੋੜੀਆਂ ਹੁਣ ਬਣੀਆਂ ਇੱਕ ਸਾਰ ਜੇ ਆਹ ਬਾਲ ਤੇ ਛੱਕਾ ਵੱਜ ਗਿਆ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਜੂ ਲੈ ਵੀ ਨਰਿੰਦਰ ਬੱਜੀ ਨੌਜਵਾਨਾਂ ਸਾਹਮਣੇ ਗੁਰਜਿੰਦਰ ਪ੍ਰਧਾਨ ਸਰਾਵਾਂ ਵਾਲਾ ਉਹ ਬੱਲੇ ਪਰ ਵੇਖੋ ਉਧਰਲੇ ਬੰਨੇ ਵੱਡੀ ਵਿਕਟ ਲੈ ਵੀ ਟਾਰਗੇਟ 52 ਦਾ ਉਧਰ ਦੀਪ ਕਹਿੰਦੇ ਸਪੇਨ ਦੇ ਵਿੱਚ ਬੈਠਾ ਸਾਡਾ ਭਰਾ ਉਹ ਵੀ ਲਾਈਵ ਜਿਹੜਾ ਹੋਇਆ ਦੀਪ ਸਪੇਨ ਮੈਚ ਬਈ ਮਲੂਕ ਪੂਰੇ ਦਾ ਤੇ ਟਾਰਗੇਟ ਆ ਜਿਹੜੀ ਜਲਦੀ ਫਿਟਿੰਗ ਸੈੱਟ ਕਰੂਗੀ ਟੀਮ ਮੇਰੀ ਬੇਨਤੀ ਹੈ ਸਰਾਵਾਂ ਗੋਗਲਾ ਜਿਹੜੀ ਜਲਦੀ ਫਿਟਿੰਗ ਸੈੱਟ ਕਰੂਗੀ ਦੀਪ ਕਹਿੰਦੇ ਸਪੇਨ ਦੇ ਵਿੱਚ ਬੈਠਾ ਹੈ ਜਿਹੜੀ ਧਰਤੀ ਤੇ ਬਾਬੇ ਜੋਗੀ ਪੀਰਾਂ ਦੀ ਵੱਡੀ ਅਪਾਰ ਕਿਰਪਾ ਹੈ ਉਹ ਧਰਤੀ ਤੇ ਆਪਾਂ 16,000 ਦੇ ਕੇ ਹਰਮਨ ਧੂਣੀ ਵਾਲੇ ਦਾ ਵੱਡਾ ਮਾਣ ਸਨਮਾਨ ਕਰਨਾ ਹੈ ਉਹਦੇ ਟਿੰਕੂ ਹੜੋਲੀ ਵਾਲੇ ਦਾ ਵੱਡਾ ਧੰਨਵਾਦ ਹੈ ਕਾਸਕੋ ਮੇਰੀ ਜਿੰਦ ਜਤਿੰਦਰ ਕੁਮਾਰ ਦੀ ਜਿਹੜੀ ਫੇਸਬੁੱਕ ਆਈਡੀ ਤੇ ਜਿਹੜਾ ਲਾਈਵ ਵਿਖਾਇਆ ਜਾ ਰਿਹਾ ਹੈ ਵੱਡਾ ਧੰਨਵਾਦ ਮੇਥੋਂ ਪਹਿਲਾਂ ਦੁਨੀਆਂ ਤੇ ਇਸ ਨਗਰ ਦਾ ਮਹਾਨ ਬੁਲਾਰਾ ਰਾਜਾ ਖਦੂਈ ਖੇੜਾ ਔਰ ਲੱਖੀ ਲਹਿਰਾ ਜੀ ਵੱਡਾ ਧੰਨਵਾਦ ਹੈ ਬੜੇ ਸੋਹਣੇ ਬੁਲਾਰੇ ਨੇ ਉਚੇਚੇ ਤੌਰ ਤੇ ਮੈਂ ਧੰਨਵਾਦ ਕਰੂੰਗਾ ਜਿਹਨਾਂ ਨੇ ਮਾਂ ਬੋਲੀ ਦੇ ਸੋਹਣੇ ਬੋਲ ਇਸ ਗਰਾਊਂਡ ਤੇ ਬੋਲੇ ਨੇ ਵੱਡਾ ਧੰਨਵਾਦ ਰਾਜਾ ਖਦੂਈ ਖੇੜਾ ਤੇ ਲੱਖੀ ਲਹਿਰਾ ਟੋਪੀ ਮਿਲ ਗਈ ਸਾਡੀ ਜ਼ਿੰਦਗੀ ਦਾ ਸਤਿਕਾਰ ਯੋਗ ਦੁਨੀਆਂ ਦਾ ਮਹਾਨ ਬੁਲਾਰਾ ਸਤੌਜ ਵਾਲਾ ਸੋਨੂ ਉਹ ਵੀ ਲੈ ਜੁੜਿਆ ਬੈਠਾ ਹੈ ਤੇਰੀ ਸਿੱਕੇ ਤੇ 1100 ਰੁਪਏ ਲੱਗ ਗਿਆ ਸੀ ਕਰਨ ਦੀ ਰਹੀ ਚੱਲ ਕੋਈ ਨੀ ਤਗੜੇ ਹੋ ਗਏ ਟਾਰਗੇਟ ਬਾਈ 51-52 ਦਾ 51 ਰਹਿਣਾ 52 ਟਾਰਗੇਟ ਵੀਰੇ ਤੋੜ ਦਿੱਤਾ ਭਾਜੀ ਬਰਾਬਰ ਹੋ ਦਿੱਤੀ ਹੈ
ਜਿਹਨੂੰ ਆਊਟ ਹੋ ਜਾਂਦਾ ਜੀ ਪਹਿਲੀ ਬਾਲ ਤੇ। ਭਾਜੀ ਮੋੜ ਦਿੱਤੀ ਹੈ, ਪਹਿਲੀ ਤੇ ਰੋਪੜ ਵਾਲਾ ਤੋਰਿਆ ਸੀ ਤੇ ਪਹਿਲੀ ਤੇ ਧਰਮ ਕੁੰਡੀਆਂ ਕੱਲੂ ਤੋੜ ਦਿੱਤਾ ਮੇਰੇ ਪੰਜਾਬੀ ਵੀਰੋ। ਨੀਲੇ ਡਾਲੇ ਦਾ ਮੈਚ ਬਈ ਮਲੂਪੁਰ ਮੈਚ ਤੋਂ ਅਗਲਾ ਮੈਚ ਕਹਿੰਦੇ ਫੇਰ ਰੋਪੜ ਵਾਲੇ ਮੋਨੂ ਦੀ ਤੇ ਸਾਹਮਣੇ ਅਮਰਜੀਤ ਆ ਗਿਆ ਹੈ ਜੋਨਪੁਰ ਦੀ ਧਰਤੀ ਦਾ। ਲਓ ਸਿਰੇ ਦੀ ਵਾਲ ਉਹ ਰੋਪੜ ਵਾਲੇ ਦੀ ਤਕੜੀ ਵਾਲ ਪੈਣ ਲੱਗੀ ਹੈ ਬਈ। ਉਹਨੇ ਸੰਭਾਲ ਵਾਲਾ ਸੋਨੂ ਕਾਂਦੇ ਵਾਲੇ ਚ ਨਿੱਕਾ ਵੀਰੇ ਵੀ ਧੂਰੀ ਵਾਲੇ ਆਪਾਂ ਜਨਵਰੀ ਮਹੀਨੇ ਦੇ ਵਿੱਚ ਵੱਡਾ ਮੇਲਾ ਸੁਪੌਲ ਦੇ ਐਂਡ ਸਟਾਰ ਦੀ ਧਰਤੀ ਤੇ ਕਰਾਵਾਂਗੇ ਤੇ ਫਿਰ ਮੇਰੇ ਪੰਜਾਬੀ ਵੀਰੋ ਪਹਿਲਾ ਨਾਮ 41 ਦੂਜਾ ਜਲੰਧਰ ਵਾਲਾ ਵੀ ਕਾਹਦਾ ਹੋਇਆ ਪਰਦੇਸੀ ਚੰਨ ਵਰਗਿਆ ਹਾਣਦੇ ਆ ਉਹ ਸਾਰਾ ਜ਼ਿਲ੍ਹਾ ਜਲੰਧਰ ਸੂਨਾ ਕਰਕੇ ਹਾਣਦੇ ਆ ਸਾਰਾ ਜ਼ਿਲ੍ਹਾ ਜਲੰਧਰ ਸੂਨਾ ਕਰਕੇ ਹਾਣਦੇ ਆ। ਝੋੜਾ ਵਾਲੇ ਨੂੰ ਕਹਿੰਦੇ 10 ਕਿਲੋ ਦਾ ਦੇਸੀ ਘੋੜਾ ਪੀਪਾ ਦੇ ਕੇ ਵੱਡੇ ਮਾਨ ਸਨਮਾਨ ਕਰਨੇ ਸਟੋਲ ਦੇ ਕੱਪ ਤੇ ਮੋਟਰਸਾਈਕਲ ਮਲੂਕਪੁਰੀਆ ਇਸ਼ਾਰਾ ਜ਼ਰੂਰ ਕਰਦਿਆਂ ਕਰੀ ਬੇਨਤੀ ਹੈ ਉਹ ਦੁਨੀਆਂ ਦਾ ਮਹਾਨ ਖਿਡਾਰੀ ਹੈ ਇਹਦੀ ਚੜ ਮੈਜਲੇ ਸੰਗਰੂਰ ਦੇ ਵਿੱਚ ਮਲੂਕਪੁਰੀਆ ਪੋਪੜ ਪੋਪੜੀ ਹੁੰਦੀ ਹੈ ਮਲੂਕਪੁਰੀਆ ਪੋਪੜ ਪੋਪੜੀ ਹੁੰਦੀ ਹੈ ਪਰ ਰੋਪੜ ਵਾਲੇ ਮੋਨੂ ਦੀ ਵਾਰ ਸਾਹਮਣੇ ਰੈਂਚੋ ਖੇਡਿਆ ਹੋਇਆ ਸ਼ਾਟ ਤੇ ਰਣ ਕਹਿੰਦੇ ਸਿੰਗਲ ਰਣ ਇੱਕ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਆਪਣੇ ਆਪ ਹੀ ਖੇਡਿਆ ਦੋਵੇਂ ਕਹਿੰਦੇ ਦੀਆਂ ਲੰਗਰ ਜਿਹੜਾ ਫੋਟੋ ਵਰਤਦੇ ਆ ਗੁਰੂ ਕਾ ਜਿਨ੍ਹਾਂ ਨੇ ਲੰਗਰ ਛਕਣਾ ਮੇਰੀ ਬੇਨਤੀ ਹੈ ਉਹ ਛਕ ਸਕਦੇ ਨੇ ਗੁਰੂ ਕਾ ਲੰਗਰ ਜਿਹੜਾ ਅਟੁੱਟ ਵਰਤੇ ਆ ਮੇਰੀ ਬੇਨਤੀ ਹੈ ਇਹਨਾਂ ਖਿਡਾਰੀਆਂ ਲੰਗਰ ਛਕਣਾ ਛਕ ਸਕਦੇ ਲੋ ਰੋਪੜ ਵਾਲੇ ਦੀ ਬਾਲ ਸਿਰੇ ਦੀ ਬਾਲ ਪਰ ਸਾਹਮਣੇ ਵੇਖਾਂਗੇ ਤਗੜੀ ਬਾਲ ਪਾ ਗਿਆ ਕਹਿੰਦੇ ਰੋਪੜ ਵਾਲਾ ਲਓ ਮੋਨੂੰ ਰੋਪੜ ਵਾਲਾ ਫੇਰ ਬਾਲ ਪਾ ਰਿਹਾ ਤੇ ਸਾਹਮਣੇ ਅਮਰਜੀਤ ਖੇਡਿਆ ਹੋਇਆ ਸ਼ਾਰ ਤੇ ਬਾਲ ਜਿਹੜੀ ਡਾਟ ਓਵਰ ਦੀ ਜਿਹੜੀ ਲਾਸਟ ਬਾਲ ਹੈ ਜਾਂ ਓਪਨ ਇਸ਼ਾਰਾ ਜ਼ਰੂਰ ਮੈਂ ਬੇਨਤੀ ਹੈ ਕਿਉਂਕਿ ਲਾਈਵ ਦੇ ਵਿੱਚ ਬੜੇ ਲੋਕ ਸਾਨੂੰ ਕਹਿੰਦੇ ਨੇ ਵੀ ਕਮੈਂਟ ਦੇ ਵਿੱਚ ਵੀ ਅੰਪਾਇਰ ਇਸ਼ਾਰਾ ਨਹੀਂ ਕਰਦੇ ਓਵਰ ਸਮਾਪਤ ਹੈ ਵੀ ਇੱਕ ਓਵਰ ਬਈ ਤਾੜੀ ਲਾ ਦਿਓ ਇੱਕ ਓਵਰ ਦੋ ਰਨ ਬੜੀ ਬੰਦ ਓਵਰ ਆ ਗਿਆ ਕਹਿੰਦੇ ਰੋਪੜ ਵਾਲਾ ਮੋਨੂੰ ਬੰਦ ਓਵਰ ਲਾ ਗਿਆ ਸਹੀ ਚੱਲੀ ਲੱਗੇ ਸਰਾਵਾਂ ਦੇ ਇੱਕ ਓਵਰ 16 ਰਨ ਸੀ ਉਹ ਪਤਾ ਹੀ ਨੀ ਲੱਗੀ ਭਾਦਰੀ ਗੇਂਦ ਜੀ ਆ ਜਾਂ ਅੱਖਾਂ ਸਾਹਮਣੇ ਨਹੀਂ ਸਹੀ ਚੱਲੀ ਜਾਂਦਾ ਨਾ ਉਹ ਕਰਦੇ ਜੂਮ ਨਾ ਕਰਦੇ ਮਾੜਾ ਮੋਟਾ ਹੁਣ ਕੀ ਹੈ ਇਹ ਗੱਲ ਘੜ ਜਾ ਕਿਹੜੀ ਟੋਪੀ ਜਲਦੀ ਆ ਜਾ ਉਹ ਮੈਨੂੰ ਪਿਛਲੇ 3 ਓਵਰ ਖੇਡਣੇ ਕਿਹਨੂੰ ਕਹਿਣਾ ਮੇਰੇ ਕੋ ਫੋਨ ਹੀ ਨਹੀਂ ਮੈਂ ਪਰਦੇ ਬਸ ਹੋਵਾਂ ਬਾਈ ਬਾਲਰ ਦਾ ਨਾਮ ਦੱਸਿਓ ਕੀ ਨਾਮ ਹੈ ਨੌਜਵਾਨ ਜਿਹਨੇ ਜਲੰਧਰ ਵਾਲਾ ਦੁਨੀਆਂ ਦਾ ਮਹਾਨ ਬਣ ਬੈਠਾ ਹੈ ਖੇਡ ਗਰਾਊਂਡ ਦੇ ਵਿੱਚ ਮਨਪ੍ਰੀਤ ਮਨਪ੍ਰੀਤ ਇੱਥੇ ਵੱਜਿਆ ਇਹ ਸੱਚੀ ਗੱਲ ਹੈ ਜਦੋਂ ਤੱਕ ਰੈਂਚੋ ਖੜਾ ਖਾਣ ਦੱਸਦੇ ਆ ਵੀ
ਕੁਝ ਵੀ ਕਰ ਸਕਦਾ ਰੈਂਚੋ ਅੜਿਆ ਗੱਡਾ ਕੱਢ ਸਕਦਾ ਹੈ ਇਹ ਜ਼ਿਲ੍ਹੇ ਜਲੰਧਰ ਤੋਂ ਆਇਆ ਇਹ ਐਵੇਂ ਨੀ ਸੱਦਿਆ ਸਾਡੇ ਬੇਰੀ ਵਾਲੇ ਘਰ ਦਾ ਵਿੱਚ ਸ਼ਾਮ ਲਾਟ ਦੇਣੀ ਮੱਝਾਂ ਦਾ ਬਗ ਚੜਦਾ ਮੁੰਡੇ ਕ੍ਰਿਕਟ ਖੇਡਦੇ ਮਾਰੀ ਖੇੜੇ ਦੇ ਸਾਰੇ ਇਹ ਖੇਡਾਂ ਵੇਖਣੀਆਂ ਅੱਜ ਪਿੰਡ ਸਾਡੇ ਮੰਡਿਆਰੇ ਬਾਕੇ ਰੌਣਕਾਂ ਨੇ ਅੱਜ ਵੱਡਾ ਮੇਲਾ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਕਹਿੰਦੇ ਰੌਣਕਾਂ ਲੱਗੀਆਂ ਹੋਈਆਂ ਨੇ ਬੱਲੇ ਬੱਲੇ ਹੋਈ ਪਈ ਹੈ ਲੋਕ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਬੂਟਾ ਫੇਰ ਬਾਲ ਪਾਉਣ ਲਈ ਵੱਧ ਹੈ ਹੈਪੀ ਬਰਾੜ ਵੱਲੋਂ 1100 ਰੁਪਇਆ ਜੇ ਆਮਣਾ ਤਿੰਨ ਛੱਕੇ ਮਾਰਦਾ ਲਓ ਖੇਡਿਆ ਹੋਇਆ ਸ਼ਾਟ ਪਰ ਰਣ ਕਹਿੰਦੇ ਸਿੰਗਲ ਪਿੰਡ ਹੈ ਜਿਹੜੇ ਨੌਜਵਾਨ ਨੇ ਕਹਿੰਦੇ ਮਸ਼ਹੂਰ ਕੀਤਾ ਪਿੰਡ ਬਾਕੇ ਕਹਿੰਦੇ ਦੁਨੀਆਂ ਦਾ ਮਹਾਰ ਕੱਗੂ ਗਿੱਲ ਦਾ ਪਿੰਡ ਕਹਿੰਦੇ ਮਾੜੀ ਖੇੜੇ ਦੇ ਵਿੱਚ ਰੌਣਕਾਂ ਨੇ ਲਓ ਬਾਲ ਕਹਿੰਦੇ ਫੇਰ ਬੂਟਾ ਪਾਉਣ ਦੇ ਲਈ ਵੱਧ ਰਿਹਾ ਰੈਂਚੋ ਆ ਗਿਆ ਜਲੰਧਰ ਵਾਲਾ ਸਵਾਲ ਵੱਜਿਆ ਹੋਇਆ ਇੱਕ ਪਾਸੇ ਸਰਾਵਾਂ ਬੋਗਲਾ ਜਿਹੜਾ ਪਿੰਡ ਬਿੱਗੀ ਗੌਂਦਲ ਦਾ ਪਰ ਦੂਜੇ ਬੰਨੇ ਬਾਈ ਜਿਹਨੂੰ ਮੈਚ ਵਧੀਆ ਲੱਗ ਰਿਹਾ ਤਾੜੀ ਮਾਰ ਦੋ ਕਹਿ ਵੱਡ ਵੀ ਮੇਰੇ ਪੰਜਾਬੀ ਵੀਰੋ ਵਾਕੇ ਸਵਾਲ ਮੈਂ ਪਹਿਲਾਂ ਦੱਸਿਆ ਪੰਜਾਬ ਬਣ ਕੇ ਨਾ ਝੋੜਾ ਮਾਰਿਆ ਤੇ ਗੱਲ ਮਕਸੂਤਾ ਹੋਈ ਨਾ ਕੋਈ ਗੱਲ ਹਮਨੇ ਤੂੰ ਲਾ ਕੇ ਖੇਡ ਆਪ ਹਮਨੇ ਲਾ ਕੇ ਖੇਡ ਤੂੰ ਦਸ ਰਨ ਹੋ ਗਏ ਵੀਰੇ ਦੋ ਬ੍ਰੇਕ ਆਊਟ ਹੈ ਦਸ ਰਨ ਵੀਰੇ ਦੋ ਓਵਰ ਪਾਣੀ ਤਿੰਨ ਬਿਆਲੀ ਨੰਬਰ ਰਹਿ ਗਏ ਵੀਰੇ ਖਿਡਾਰੀ ਕਦੇ ਧੂਰੀ ਵਾਲੇ ਹਰਮਨ ਦੀ ਗੱਲ ਕਦੇ ਭੁੱਚੋ ਵਾਲੇ ਦੀ ਕਦੇ ਕਹਿ ਸਕਦਾ ਰੋਪੜ ਵਾਲੇ ਦੀ ਕਦੇ ਰੈਂਚੋ ਦੀ ਕਦੇ ਆਸ਼ੂ ਦੀ ਕਦੇ ਗੋਪੀ ਚੰਦਰ ਬੋਲ ਮੇਰੀ ਮਛਲੀ ਕਿੰਨਾ ਪਾਣੀ ਇਹ ਗੋਪੀ ਤੁਹਾਡੇ ਸਾਹਮਣੇ ਜੋਲਪੁਰ ਦੀ ਧਰਤੀ ਵਾਲੇ ਵੀ ਆਪਣੇ ਪੁੱਜਣਾ ਪੁੱਜ ਕਰਨਾ ਪੈਣਾ ਨਹੀਂ ਗੱਲ ਕਸੂਤੀ ਹੋ ਜਾਣੀ ਹੈ ਸਿਰੇ ਦੀ ਬਾਲ ਤਗੜੀ ਬਾਲ ਹੈ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਡੈਡ ਬਾਲ ਹੈ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਪੀਲੀ ਟੋਪੀ
ਰਵਿੰਦਰ ਦਾ ਬਾਲ ਕਹਿੰਦੇ ਫੇਰ ਗੋਪੀ ਦੀ ਪੈਣ ਲੱਗੀ ਹੈ ਤੇ ਸਾਹਮਣੇ ਆਪਣਾ ਠੀਕ ਆ ਖਰਗੋਸ਼ ਦੇ ਕੰਨ ਵਰਗੇ ਦੋ ਨੋਟ ਦਿੱਤੇ ਜਾਣੇ ਹੈ, ਇੱਕ ਸੌ ਦਾ ਤੇ 1100 ਦੇ ਕੇ ਵੱਡੇ ਮੈਚ ਲਓ ਗੋਪੀ ਦੀ ਬਾਲ ਤੇ ਆਪਣਾ ਫੇਰ ਸਟ੍ਰਾਈਕ ਛੱਬੀ ਨੰਬਰ ਹੋ ਗਏ ਵੀਰੇ, ਇੱਕ ਬਾਲ ਰਹਿ ਗਈ ਤੀਜੀ ਬਾਰਾਂ ਬਾਲਾਂ ਛੱਬੀ ਰਹਿ ਗਏ ਵੀਰੇ, ਛੱਬੀ ਰਹਿ ਗਏ, ਤਿੰਨ ਨੰਬਰ ਛੱਬੀ ਹੋ ਗਏ, ਛੱਬੀ ਰਹਿ ਗਏ, ਛੱਬੀ ਸਬਦ ਮਾੜਾ ਹੈ ਜਿਹਦੇ ਪੈਂਦੀਆਂ ਨਾ ਛੱਬੀ, ਉਸੇ ਨੂੰ ਪਤਾ ਹੁੰਦਾ ਹੈ, ਉਸੇ ਨੂੰ ਪਤਾ ਹੁੰਦਾ ਵੀ ਤੇਰਾਂ ਦੂਣਾ ਛੱਬੀ ਹੈ ਤੇ ਛੱਬੀ ਰਹਿਣ ਦੇ, ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ, ਲੋਕਾਂ ਬਾਰੇ ਠੱਗੀ ਹੈ ਤੇ ਠੱਗੀ ਰਹਿਣ ਦੇ, ਤੇਰਾਂ ਦੂਣਾ ਛੱਬੀ ਹੈ ਤੇ ਛੱਬੀ ਰਹਿਣ ਦੇ, ਕਦੇ ਬਾਬਾ ਗਰਦਾਸ ਮਾਨੇਗਾ ਹੈ ਬਾਲ ਮੱਥਾ ਜੁੜੀ, ਜੇ ਮੱਥਾ ਜੁੜੀ ਇੱਥੇ ਓਵਰ ਕਰੇ ਨਾ, ਗਰਜਿੰਦਰ ਪ੍ਰਧਾਨ ਕਹਿੰਦਾ ਮਲੇ ਮਲੇ ਕਰਾ ਲਿਆਂਗੇ ਆਪਾਂ, ਛੱਬੀ ਰਹਿ ਗਈ ਬਾਹਰ ਬਈ, ਮੱਥਾ ਫੀਲਡਿੰਗ ਤੇ ਖੜਾ ਸਟੇਟ ਦੇ, ਜੇ ਇੱਥੇ ਆਇਆ ਤਾਂ ਮੈਂ ਕਹਿ ਦੂੰ ਵੀਰੇ ਬਾਹਰ ਲਾ ਕਹਿੰਦੇ ਪਲੇਅਰ ਇੱਕ ਹੋਰ ਹੀ ਪਾਵੇਗਾ, ਲੋਡ ਕਰੇ ਰੋਪੜ ਵਾਲੇ ਓਵਰ ਕਰ ਦਿੱਤਾ ਠੀਕ ਹੈ ਸੁਧੀਰ ਵੀਰੇ ਤੂੰ ਸੁਣਾ, ਚੌਥਾ ਓਵਰ ਬਾਈ 11 ਬਾਲਾ ਛੱਬੀ ਰਹਿ ਗਏ, 11 ਬਾਲਾ ਛੱਬੀ ਬਾਕੀ ਹੈ, ਬਾਲ ਸਰਾਵਾਂ ਦੀ ਧਰਤੀ ਦਾ ਪਾ ਰਿਹਾ ਸਾਹਮਣੇ ਜਲੰਧਰ ਵਾਲਾ ਰੈਂਚੋ, ਕਰਦਾ ਹੋਇਆ ਕੋਸ਼ਿਸ਼ ਫੇਰ ਬਾਲ ਦਾਵਤ ਲੰਡਾ ਕਰਵਾ ਦੀ, ਲਓ ਸਰਾਵਾਂ ਵਾਲਾ ਫੇਰ ਕਹਿੰਦੇ ਬਾਲ ਪਾਉਣ ਦੇ ਲਈ ਵੱਧ ਰਿਹਾ ਹੈ, ਜਲੰਧਰ ਤੋਂ ਐ ਬੜੀ ਦੂਰੋਂ ਹੈ ਤੇ ਬੜਾ ਲੰਮਾ ਪੈਂਦਾ ਕੈਚ, ਵੱਡੀ ਵਿਕਟ ਵੱਡੀ ਵਿਕਟ ਤੇ ਕਹਿ ਦੀਏ ਨਾ ਕਹਿ ਦੀਏ ਵੱਡੀ ਵਿਕਟ ਰਹਿ ਗਏ, ਨੌ ਵਾਲਾ ਛੱਬੀ ਉਹ ਜਿਹਨੂੰ ਤਾੜੀ ਮਾਰਦੇ ਮੇਰੇ ਪੰਜਾਬੀ ਵੀਰੋ, ਨੌ ਵਾਲਾ ਛੱਬੀ ਨੌ ਵਾਲਾ ਛੱਬੀ ਮਲੂਕਪੁਰ ਤੇ ਟੀਮ ਮਾਲਾ ਰਾਮਪੁਰਾ, ਇਹ ਟੀਮਾਂ ਜਿਹੜੀਆਂ ਦੋਨੋਂ ਤਿਆਰ ਰਹਿਣਗੀਆਂ ਜਲਦੀ ਦੇ ਨਾਲ, ਜਿੱਤ ਜਾਣ ਕਹਿੰਦਾ
ਅਮਨ ਆ ਗਿਆ ਤਿੰਨ ਚਾਰ ਦੇ ਖਾਧੇ ਨੇ ਲਾਸਟ ਓਵਰ ਦੇ ਵਿੱਚ ਮਾਫੀ ਜਾਗੇ ਤਿੰਦਰ ਦੇ ਖਾਧੇ ਸੀ ਬੋਂਜਾ ਟਾਰਗੇਟ ਵੀ 26 ਰਹੀ ਨਾ ਅਮਨ ਆ ਗਿਆ ਕਹਿੰਦੇ ਸਟ੍ਰਾਈਕ ਤੇ ਮਾਸਟਰ ਮੇਰੇ ਪੰਜਾਬੀ ਵੀਰੇ ਇਹ ਪੜਿਆ ਗੱਡਾ ਕੱਢ ਸਕਦਾ ਸਿੰਗਲ ਲਓ ਗੋਪੀ ਕਰਦਾ ਹੋਇਆ ਤਗੜੀ ਫੀਲਡਿੰਗ 8 ਬਾਲਾਂ ਰਹਿ ਗਏ 25 ਥੈਂਕ ਯੂ ਨਿਤੀਸ਼ ਕੁਮਾਰ ਵੀਰੇ ਲਓ ਬਾਲ ਕਹਿੰਦੇ ਫੇਰ ਪੈਣ ਲੱਗੀ ਹੈ ਮੈਚ ਫਸ ਚੁੱਕੇ ਹੈ ਹਾਂ ਬਈ ਛੇ ਵਾਲਾ 24 ਮੈਚ ਸ਼ੁਰੂ ਕਰਵਾਈਏ ਆਪਾਂ ਜਲਦੀ ਦੇ ਨਾਲ ਛੇ ਵਾਲਾ 4 ਛੱਕੇ ਰਹਿ ਗਏ ਹੈ ਛੇ ਵਾਲਾ 4 ਛੱਕੇ ਮੈਂ ਪਹਿਲਾਂ ਦੱਸਿਆ ਜੇ 50 ਰਨ ਬਣ ਗਏ ਨਾ ਤੇ ਕੱਲ ਕਸੂਤਾ ਹੋ ਜਾਣਾ ਉਹੀ ਗੱਲ ਹੋ ਗਈ ਤੇ ਜੋਧਪੁਰ ਵਾਲਿਆਂ ਨੇ ਈਜੀ ਲਿਆ ਤੇ 50 ਬਣਵਾ ਦਿੱਤੇ ਕਹਿੰਦੇ ਬਾਕੀ ਸਵਾਲ ਵੱਜਿਆ ਹੋਇਆ ਮੱਥਾ ਜੁੜੀ ਨੂੰ ਵੀ ਹੁਣ ਸਾਹ ਹੈ ਲਓ ਵੇਖੋ ਬਾਲ ਫੇਰ ਪੈਣ ਲੱਗੀ ਹੈ ਲਓ ਖੇਡਿਆ ਹੋਇਆ ਸ਼ਾਟ ਵੱਡੀ ਵਿਕਟ 4 ਵਾਲਾ 4 ਛੱਕੇ ਬਾਈ ਇਹ ਸਰਾਵਾਂ ਦੀ ਟੀਮ ਦੀ ਪਰਫਾਰਮੈਂਸ ਵਧੀਆ ਲੱਗੀ ਹੈ ਇੱਕ ਤਾੜੀ ਮਾਰ ਦੋ ਯਾਰ ਗਏ ਗੱਡਮੀ ਅੱਗੇ ਮੁੰਡੇ ਨੇ 50 ਰੋਕ ਤੇ ਸਮਾਨ ਵਾਕੇ ਕਹਿੰਦੇ ਕਮਾਲ ਹੋ ਗਈ ਮੇਰੇ ਪੰਜਾਬੀ ਵੀਰੋ ਲਬਾਲ ਕਹਿੰਦੇ ਫੇਰ ਸਿਰੇ ਦੀ ਬਾਲ ਹੈ ਕਹਿੰਦੇ ਖੇਡ ਗਰਾਉਂਡ ਦੇ ਵਿੱਚ ਵਾਕੇ ਜਿਹੜੇ ਗੁਰਜਿੰਦਰ ਨੇ ਚੌਕੇ ਮਾਰੇ ਨਾ ਆਹ ਚੌਕੇ ਨੇ ਕੰਮ ਕੀਤਾ ਸਰਾਵਾ ਆਇਓ ਆਹ ਚੌਕੇ ਨੇ ਕੰਮ ਕੀਤਾ ਲਬਾਲ ਕਹਿੰਦੇ ਫੇਰ ਪੈਣ ਲੱਗੀ ਹੈ ਖੇਡ ਗਰਾਉਂਡ ਦੇ ਵਿੱਚ ਸਰਾਵਾ ਵਾਲੇ ਦੀ ਤੇ ਸਾਹਮਣੇ ਜੋਧਪੁਰ ਵਾਲਾ ਹੋਰ ਕਹਿੰਦੇ ਪੱਖਾ ਸ਼ੋਸ਼ਣ
ਵੱਡੇ ਇਲਜ਼ਾਮ ਲੱਗੇ ਨੇ ਆ ਬਾਲ ਕਹਿੰਦੇ ਫੇਰ ਪੈਣ ਲੱਗੀ ਹੈ ਖੇਡਿਆ ਹੋਇਆ ਸ਼ਾਟ ਤੇ ਰਨ ਸਿੰਗਲ ਜਿੱਤ ਗਈ।